ਤੇ ਜਿਨ੍ਹਾਂ ਨੇ 27 ਜਾਂ 28 ਤਰੀਕ ਨੂੰ ਵਾਪਸ ਆਉਣਾ ਸੀ ਸਿਰਫ ਉਹੀ ਭਰਾ ਵਾਪਸ ਆਏ ਨੇ ਪਰ ਇਹ ਗੋਦੀ ਮੀਡੀਆ ਇਹ ਪ੍ਰਚਾਰ ਕਰ ਰਿਹਾ ਵੀ ਉੱਥੋਂ ਜਿਹੜੇ ਕਿਸਾਨਾਂ ਨੇ ਧਰਨੇ ਚੱਕ ਲਏ ਨੇ ਨਹੀਂ ਭਰਾਵੋ ਸਾਰੇ ਹੀ ਬਾਰਡਰਾਂ ਤੇ ਜਿਹੜੇ ਧਰਨੇ ਨੇ ਉਹ ਸ਼ਾਂਤੀਪੂਰਵਕ ਚੱਲ ਰਹੇ ਨੇ ਇਸ ਕਰਕੇ ਆਪਾਂ ਜਿਹੜੇ ਕਿਸਾਨ ਭਰਾ ਉੱਥੇ ਡਟੇ ਹੋਏ ਨੇ ਉਹਨਾਂ ਦਾ ਹੌਸਲਾ ਅਫਜਾਈ ਕਰਨ ਵਾਸਤੇ ਕਿਉਂਕਿ ਭਰਾਵੋ ਗਾਜ਼ੀਪੁਰ ਬਾਰਡਰ ਤੇ ਯੂਪੀ ਸਰਕਾਰ ਵੱਲੋਂ ਥੋੜਾ ਜਿਹਾ ਪੁਲਿਸ ਦੀ ਨਫਰੀ ਵਧਾ ਕੇ ਇਹ ਪ੍ਰੈਸ਼ਰ ਪਾਉਣ ਦਾ ਯਤਨ ਕੀਤਾ ਗਿਆ ਸੀ ਵੀ ਅਸੀਂ ਰਾਤੋ ਰਾਤ ਆ ਜਿਹੜਾ ਧਰਨਾ ਚੱਕ ਦਾਂਗੇ ਪਰ ਯੂਪੀ ਦੇ ਭਰਾ ਰਾਤੋ ਰਾਤ ਬਿਨਾਂ ਕੁਝ ਸੋਚੇ ਸਮਝੇ ਜਿਹੜੇ ਕੋਲ ਟਰਾਲੀ ਆ ਗਈ ਟਰਾਲੀ ਜਿਹੜੇ ਕੋਲ ਟਰੈਕਟਰ ਆ ਗਿਆ ਟਰੈਕਟਰ ਬਿਨਾਂ ਕੋਈ ਕੱਪੜਾ ਲੱਤਾ ਲਏ ਬਿਨਾਂ ਨਾ ਸਰਦੀ ਦੀ ਪਰਵਾਹ ਕਰਦੇ ਹੋਏ ਰਾਤੋ ਰਾਤ ਯੂਪੀ ਦੇ ਬਾਰਡਰ ਤੇ ਗਾਜ਼ੀਪੁਰ ਵਾਲੇ ਬਾਰਡਰ ਤੇ ਆ ਕੇ ਡਟ ਗਏ ਨੇ ਗੋਦੀ ਮੀਡੀਆ ਦੁਆਰਾ ਇਹ ਪ੍ਰਚਾਰ ਕੀਤਾ ਜਾ ਰਿਹਾ ਵੀ ਸਿੰਘੂ ਬਾਰਡਰ ਤੋਂ ਧਰਨੇ ਚੱਕੇ ਜਾ ਰਹੇ ਨੇ ਟਿੱਕਰੀ ਬਾਰਡਰ ਤੋਂ ਧਰਨੇ ਚੱਕੇ ਜਾ ਰਹੇ ਨੇ ਪਰ ਨਹੀਂ ਭਰਾਵੋ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੁੰਦਾ ਵੀ ਕੱਲ੍ਹ ਜਦੋਂ ਅਸੀਂ ਦਿੱਲੀ ਤੋਂ ਵਾਪਸ ਆ ਰਹੇ ਤੇ ਖਨੌਰੀ ਦੀ ਸਰਹੱਦ ਕੋਲੇ ਇੱਕ ਪਿੰਡ ਪੈਂਦਾ ਪਿੱਪਲਾਣਾ ਜਦੋਂ ਉੱਥੇ ਅਸੀਂ ਪ੍ਰਸ਼ਾਦਾ ਪਾਣੀ ਛਕਿਆ ਤਾਂ ਉੱਥੋਂ ਦੇ ਕਿਸਾਨ ਭਰਾਵਾਂ ਨੇ ਸਾਡੇ ਨਾਲ ਗੱਲ ਸਾਂਝੀ ਕੀਤੀ ਵੀ ਮੋਦੀ ਮੀਡੀਆ ਦੇ ਗੋਦੀ ਮੀਡੀਆ ਦੇ ਕੁਝ ਪੱਤਰਕਾਰ ਕਹਿੰਦੇ ਇੱਥੇ ਆ ਕੇ ਇੱਥੋਂ ਜਿਹੜੀ ਪ੍ਰੈਸ ਕਵਰੇਜ ਕੀਤੀ ਉਹਨਾਂ ਨੇ ਵੀ ਅਸੀਂ ਟਿੱਕਰੀ ਬਾਰਡਰ ਤੇ ਖੜੇ ਆ ਇੱਥੇ ਬਿਲਕੁਲ ਆ ਜਿਹੜਾ ਪੰਡਾਲ ਆ ਉਹ ਖਾਲੀ ਹੋ ਗਿਆ ਇਸ ਕਰਕੇ ਇਹ ਮੀਡੀਆ ਦੁਆਰਾ ਭਰਾਵੋ ਗਲਤ ਪ੍ਰਚਾਰ ਕੀਤਾ ਜਾ ਰਿਹਾ ਇਸ ਕਰਕੇ ਪਿੰਡਾਂ ਪਿੰਡਾਂ ਵਿੱਚ ਮਤੇ ਪਾਏ ਹੋਏ ਜਾ ਰਹੇ ਨੇ ਭਰਾਵੋ ਵੀ ਕੱਲ੍ਹ ਤੋਂ ਲੈ ਕੇ ਆਪਾਂ ਨੇ ਬਹੀਰਾਂ ਘੱਤ ਕੇ ਫਿਰ ਆਪਣੇ ਉਹ ਭਰਾ ਜਿਹੜੇ ਦਿੱਲੀ 'ਚ ਡਟੇ ਹੋਏ ਨੇ ਉਹਨਾਂ ਦੀ ਹੌਸਲਾ ਵਧਾਉਣ ਵਾਸਤੇ ਆਪਾਂ ਨੇ ਦਿੱਲੀ ਨੂੰ ਕੂਚ ਕਰਨਾ ਘਰ ਘਰ ਦੇ ਕਿਸਾਨ ਭਰਾ ਨੂੰ ਮਾਈਆਂ ਬੀਬੀਆਂ ਨੂੰ ਬੇਨਤੀ ਕਰਦੇ ਆ ਭਰਾਵੋ।